यूं तो माँ बंगलामुखी धाम गुलमोहर सिटी नज़दीक लंबापिंड चौक जालंधर में हवन यज्ञ का आयोजन प्रत्येक गुरुवार को होता ही रहता है, लेकिन शनिवार 23 नवंबर शाम का हवन यज्ञ कुछ अलग ही हर्षोल्लास लिए हुई था, क्योंकि उस दिन महाकाल भैरव जयंती के विशेष अवसर पर कुछ खास मंत्रोच्चारण के साथ आहुतियाँ दी जानी थी। सर्वप्रथम ब्राह्मणों द्वारा मुख्य यजमानियों से विधिवत वैदिक रीति अनुसार पंचोपचार पूजन, षोडशोपचार पूजन, नवग्रह पूजन एवं कुंभ स्थापित कर हवन यज्ञ में आहुतियाँ डलवाई गईं। इस अवसर पर सिद्ध माँ बंगलामुखी धाम के प्रेरक प्रवक्ता नवजीत भारद्वाज जी ने दिव्य हवन यज्ञ पर उपस्थित प्रभु भक्तों को श्रद्धा का वास्तविक अर्थ समझाते हुए कहा कि श्रीमद्भागवत गीता में कहा गया है कि श्रद्धा ज्ञान की जननी है, श्रद्धा की पोख में ही ज्ञान पलता है। वहीं उन्होंने सभी भक्तजनों से कहा कि वे कम से कम सप्ताहांत एक बार सपरिवार मंदिर जरूर जाएं और अपने धर्म के बारे में अपने बच्चों को जरूर अवगत करवाएं। इस अवसर पर श्रीकंठचा जी, श्वेता भारद्वाज, समीर कपूर, मुनीष शर्मा, बलजिंदर सिंह, विवेक सहगल, मनमोहन भट्टी, अमरेंद्र कुमार, वीरेंद्र सिंह, कमल नैयर सहित भारी संख्या में भक्तजन उपस्थित रहे। वहीं हवन यज्ञ उपरांत विशाल लंगर भंडारे का आयोजन भी किया गया। ਕਾਰਾ ਬਗਲਾਮੁਖੀ ਮਾਤਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਜੈ ਮਾਂ ਬਗਲਾਮੁਖੀ ਜੀ। ਅੱਜ ਭਗਵਤੀ ਪਿਤੰਬਰਾ ਬਗਲਾਮੁਖੀ ਜੀ ਦੀ ਅਸੀਮ ਕਿਰਪਾ ਹੋਈ ਹੈ ਔਰ ਅੱਜ ਜਿਹੜਾ ਅਲੌਕਿਕ ਪਾਰਲੌਕਿਕ ਹੀ ਕਹਾਂਗੇ ਜੀ, ਅੱਜ ਹਵਨ ਯੱਗੇ ਤਾਂ ਬਹੁਤ ਛੋਟਾ ਜਿਹਾ ਸਵਰੂਪ ਹੋ ਜਾਂਦਾ। ਅੱਜ ਤਾਂ ਦਿਵਤਾ ਹੀ ਇੰਨੀ ਸੀ ਹਵਨ ਯੱਗੇ ਦੀ ਕਿ ਜਿਹੜਾ ਵਖਾਣ ਨਹੀਂ ਹੋ ਸਕਦਾ। ਭਗਵਤੀ ਦੀ ਇੰਨੀ ਕਿਰਪਾ, ਬੜੀ ਦੂਰੋਂ ਦੂਰੋਂ ਆਈ ਸੰਗਤ ਨੇ ਮਹਾਮਾਈ ਦੇ ਚਰਣਾਂ 'ਚ ਅਰਦਾਸ ਬੇਨਤੀ ਕੀਤੀ ਔਰ ਇਸ ਅਲੌਕਿਕ ਮਹਾਂਯੱਗ ਦੇ ਵਿੱਚ ਆਹੁਤੀਆਂ ਡਾਲ ਕੇ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਸਮਾਜ ਲਈ ਜਿਹੜੀ ਕਾਮਨਾ ਕੀਤੀ ਹੈ, ਸਾਡੀ ਭਗਵਤੀ ਦੇ ਚਰਣਾਂ 'ਚ ਇਹੀ ਅਰਦਾਸ ਬੇਨਤੀ ਹੈ, ਜਗਦੰਬਾ ਦਿਆ ਕਰੋ। ਤੁਸੀਂ ਜਗਤ ਜਨਨੀ ਹੈ, ਸਾਰਿਆਂ ਦੀਆਂ ਮਨਾਂ ਦੀਆਂ ਇੱਛਾਵਾਂ ਜਾਣਦੇ ਹਾਂ ਔਰ ਭਗਵਤੀ ਇੱਦਾਂ ਹੀ ਤੁਹਾਡੇ ਦਰਬਾਰ 'ਤੇ ਮੇਲੇ ਲੱਗੇ ਰਹਿਣ ਔਰ ਜਿਹੜਾ ਜਿਹੜਾ ਜਿਸ ਜਿਸ ਭਾਵ ਦੇ ਨਾਲ ਆਇਆ ਮਹਾਮਾਈ, ਉਹਦੇ ਆਸਾਂ ਮੁਰਾਦਾਂ ਪੂਰੀਆਂ ਕਰੋ, ਸਰੀਰਕ ਨਿਰੋਗਤਾ ਦਿਓ, ਘਰ ਪਰਿਵਾਰ ਸੁੱਖ ਸ਼ਾਂਤੀ ਦਿਓ। ਜੋ ਮੰਗ ਹੈ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਸਾਡੇ ਠਾਕੁਰ ਵੀ ਤੁਸੀਂ ਹੈ, ਸਾਡੇ ਮਾਲਕ ਵੀ ਤੁਸੀਂ ਹੈ। ਹੇ ਜਗਦੰਬਾ, ਚਰਾਚਰ ਜਗਤ ਦੇ ਅਧਿਸ਼ਟਾਤਰੀ ਦੇਵੀ ਹੈ ਤੁਸੀਂ। ਹੇ ਜਗਦੰਬਾ, ਇੱਦਾਂ ਹੀ ਕਿਰਪਾ ਕਰੋ ਔਰ ਸਾਨੂੰ, ਸਾਡੀ ਜਿਹੜੀ ਟੀਮ ਹੈ ਮਾਂ ਬਗਲਾਮੁਖੀ ਧਾਮ ਦੀ, ਉਹਨੂੰ ਅਤੁਲਿਤ ਬਲ ਦਿਓ। ਇੱਦਾਂ ਦੇ ਜਿਹੜੇ ਪ੍ਰੋਗਰਾਮ ਅਸੀਂ ਲਗਾਤਾਰ ਕਰਵਾਉਂਦੇ ਰਹੇ ਔਰ ਉਸ ਕੰਮਾਂ ਦੇ ਜਿਹੜਾ ਸਿੱਟਾ ਹੈ, ਉਹਦੀ ਜਿਹੜਾ ਆਸ਼ੀਰਵਾਦ ਹੈ, ਪੂਰੇ ਸਮਾਜ ਨੂੰ ਮਿਲੇ, ਸਾਰਾ ਦੇਸ਼ ਸਾਡਾ ਉੱਨਤੀ ਕਰੇ, ਸਾਡਾ ਪੰਜਾਬ, ਸਾਡਾ ਸੂਬਾ ਹੋਰ ਜ਼ਿਆਦਾ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰੇ ਔਰ ਸਾਰੇ ਧਰਮਾਂ ਦੇ ਵਿੱਚ ਆਪਸੀ ਜਿਹੜਾ ਮੇਲ ਮਿਲਾਪ ਵਧੇ ਔਰ ਜਗਦੰਬਾ ਧਰਮ ਦੀ ਜੈ ਹੋਵੇ, ਅਧਰਮ ਦਾ ਨਾਸ਼ ਹੋਵੇ, ਪ੍ਰਾਣੀਆਂ 'ਚ ਸਦਭਾਵਨਾ ਹੋਵੇ ਔਰ ਵਿਸ਼ਵ ਦਾ ਕਲਿਆਣ ਹੋਵੇ। ਇਸੇ ਧਿਆਏ ਦੇ ਨਾਲ ਜਿਹੜਾ ਅੱਜ ਹਵਨ ਯੱਗੇ 'ਚ ਆਹੁਤੀਆਂ ਡਾਲੀਆਂ, ਸਵੀਕਾਰ ਕਰੋ, ਸਵੀਕਾਰ ਕਰੋ, ਸਵੀਕਾਰ। ਜੈ ਮਾਂ ਬਗਲਾਮੁਖੀ ਜੀ। ਜੈ ਮਾਂ ਬਗਲਾਮੁਖੀ ਧਾਮ ਗੁਲਮੋਹਰ ਸਿਟੀ ਲੰਮਾ ਪਿੰਡ ਰੋਡ ਤੇ ਮਹਾਰਾਣੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਹਵਨ ਯੱਗ ਹੋਇਆ।
ਉਸ ਹਵਨ ਜਗ ਦੇ ਵਿਚ ਲੌਕਿਕ ਹਵਨ ਜਗ ਹੋਇਆ ਜੀ ਤ੍ਰਿਵੇਣੀ ਹਵਨ ਜਗ ਜਿਸ ਚ ਮਾਂ ਬਗਲਾ ਮੁਖੀ ਜੀ ਦੀ ਅਪਾਰ ਕਿਰਪਾ ਨਾਲ ਮਾਂ ਬਗਲਾ ਮੁਖੀ ਜੀ ਦਾ ਸ਼ਨੀ ਮਹਾਰਾਜ ਜੀ ਦਾ ਭੈਰੋ ਬਾਬਾ ਜੀ ਦਾ ਕਿੰਨੇ ਇਕੱਠੇ ਹਵਨ ਹੋਏ ਆ ਅੱਜ ਦੂਰੋਂ ਦਰਾਡਿਓ ਸ਼ਾਹਕੋਟ ਨਕੋਦਰ ਤੋਂ ਅੰਮ੍ਰਿਤਸਰ ਤੋਂ ਕਈ ਜਗ੍ਹਾ ਤੋਂ ਸੰਗਤ ਆਈ ਹੈ ਉਹਨਾਂ ਨੇ ਆ ਕੇ ਉੱਚੀਆਂ ਪਾ ਕੇ ਮਹਾਰਾਣੀ ਦਾ ਆਸ਼ੀਰਵਾਦ ਲਿਆ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਨਾਤਨੀਆਂ ਨੂੰ ਹਿੰਦੂਆਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਗਰਤ ਹੋ ਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਮੰਦਰ ਚ ਲਿਆ ਕੇ ਆਪਣੇ ਮੰਦਰ ਦੇ ਪ੍ਰਤੀ ਬੱਚਿਆਂ ਨੂੰ ਜਾਗਰਤ ਕਰਿਆ ਕਰੋ ਪਤਾ ਲੱਗੇ ਆਪਾਂ ਸਨਾਤਨੀ ਆ ਸਨਾਤਨ ਧਰਮ ਦੇ ਨਾਲ ਜੁੜਦੇ ਹੋਏ ਮੈਂ ਫਿਰ ਬਾਰ ਬਾਰ ਕਹਾਂਗਾ ਆਪਣੇ ਬੱਚਿਆਂ ਨੂੰ ਮੰਦਰਾਂ ਜ਼ਰੂਰ ਲਿਆਓ ਆਪਣੇ ਪਰਿਵਾਰਾਂ ਨੂੰ ਮੰਦਰ ਦੇ ਨਾਲ ਜੋੜ ਕੇ ਆਪਣਾ ਧਰਮ ਪ੍ਰਚਾਰ ਵਧਾਓ ਆਪਣਾ ਵੱਧ ਚੜ ਕੇ ਸਾਰਿਆਂ ਨੂੰ ਮੰਦਰਾਂ ਚ ਲਿਆ ਕਰੀਏ ਮੰਦਰਾਂ ਦਾ ਆਸ਼ੀਰਵਾਦ ਲਿਆ ਕਰੀਏ ਜੈ ਮਾਂ ਬਗਲਾ ਮੁਖੀ ਮਾਂ ਬਗਲਾ ਮੁਖੀ ਅਪਾਰ ਕਿਰਪਾ ਰੱਖੇ ਸਾਰੀ ਸੰਗਤ ਤੇ ਜਿਨ੍ਹਾਂ ਨੇ ਆ ਕੇ ਮਾਂ ਦੇ ਦਰਬਾਰ ਚ ਨਤਮਸਤਕ ਹੋ ਕੇ ਮੱਥੇ ਟੇਕ ਕੇ ਆਪਣੀ ਆਪਣੀ ਮਨੋਕਾਮਨਾ ਪੂਰੀਆਂ ਹੋਈਆਂ ਜੈ ਮਾਂ ਬਗਲਾ ਮੁਖੀ ਜੈ ਮਾਂ ਬਗਲਾ